10 ਸਾਲਾਂ ਵਿੱਚ ਕਿੰਨਾ ਕਰਜ਼ਾ ਮਾਫ ਕੀਤਾ ਵਾ ਕਾਰਪੋਰੇਟ ਘਰਾਣਿਆਂ ਦਾ, ਜਿਹਨਾਂ ਦਾ ਨਾਮ ਲਿਆ ਵੱਡੀਆਂ ਵੱਡੀਆਂ ਚੰਦ ਸੈਂਕੜੇ ਕੰਪਨੀਆਂ ਦਾ, 15 ਲੱਖ ਕਰੋੜ ਰੁਪਇਆ ਮਾਫ ਕੀਤਾ, 15 ਲੱਖ ਕਰੋੜ। ਇੱਥੋਂ ਸਪਸ਼ਟ ਹੋ ਗਿਆ ਕਿ ਇਸ ਦੇਸ਼ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਗਰੀਬਾਂ ਤੇ ਕਿਰਤੀਆਂ ਤੇ ਕਾਮਿਆਂ ਪਛੜੀਆਂ ਤੇ ਦਲਿਤਾਂ ਦਾ ਕੋਈ ਸਥਾਨ ਨੀਗਾ। ਤੇ ਕਿਸੇ MP ਨੇ ਤੁਹਾਡੇ ਜਾ ਕੇ ਉੱਥੇ ਅੰਕੜੇ ਵੀ ਰੱਖੇ ਨੀ, ਕਿਤੇ ਕਿਹਾ ਵੀ ਨੀ ਕਿ ਇਹਨਾਂ ਦਾ ਵੀ ਕਰਜ਼ਾ ਮਾਫ ਕਰਕੇ ਦੇਖ ਲਓ। ਤੁਹਾਡਾ ਕਰਜ਼ਾ ਕਿੰਨਾ ਪੰਜਾਬ ਦਾ? 1 ਲੱਖ ਕਰੋੜ, ਵਿੱਚੇ ਹੀ ਆੜਤੀਆਂ ਦਾ, ਵਿੱਚੇ ਹੀ ਬੈਂਕਾਂ ਦਾ, ਵਿੱਚੇ ਹੀ ਤੁਹਾਡੀਆਂ ਸੁਸਾਇਟੀਆਂ ਦਾ। 15 ਗੁਣਾ ਘੱਟ ਕਰਜ਼ਾ ਵਾ। ਤੇ ਕਿੰਨੇ ਟੱਬਰਾਂ ਦਾ? ਘੱਟੋ ਘੱਟ 13-14 ਲੱਖ ਟੱਬਰ ਦਾ ਕਰਜ਼ਾ। ਉਹ ਕਰਜ਼ਾ ਥੋੜੀਆਂ ਜਿਹੀਆਂ ਕੰਪਨੀਆਂ ਦਾ ਉਹ ਮਾਫ ਹੋ ਸਕਦਾ ਵਾ, ਪਰ ਸਾਡਾ 13-14 ਲੱਖ ਪਰਿਵਾਰ ਦਾ ਕਰਜ਼ਾ? ਔਰ ਕੌਣ ਹੈ ਤੁਸੀਂ ਲੋਕ? ਤੁਸੀਂ ਲੋਕ ਉਹ ਜਿਹਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਭਗਤ ਸਿੰਘ ਕੌਣ ਸੀ? ਸ਼ਹੀਦ ਊਧਮ ਸਿੰਘ ਕੌਣ ਸੀ? ਕਰਨੈਲ ਸਿੰਘ ਈਸੂ ਨੂੰ ਕੌਣ ਸੀ? ਰਾਜਗੁਰੂ ਤੇ ਸੁਖਦੇਵ ਕੌਣ ਸੀ? ਆਪਣੇ ਸੀਗੇ। ਆਜ਼ਾਦੀ ਵੀ ਅਸੀਂ ਕਰਾਈ, ਕਾਲੇ ਪਾਣੀਆਂ ਦੇ ਸਜ਼ਾਵਾਂ ਵੀ ਤੁਸੀਂ ਕੱਟੀਆਂ। ਔਰ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਅਗਰ ਅੱਜ ਭਾਰਤ ਵਿੱਚ ਅਨਾਜ ਹੈ ਉਹ ਤੁਹਾਡੀ ਬਦੌਲਤ ਹੈ, ਨਹੀਂ ਤਾਂ ਭੁੱਖਾ ਸੀ ਦੇਸ਼। ਇੱਥੇ ਰੋਟੀ ਖਾਣ ਨੂੰ 2 ਵਕਤ ਦੀ ਰੋਟੀ ਨਹੀਂ ਸੀਗੀ। ਪੰਜਾਬ ਦੇ ਲੋਕਾਂ ਨੇ ਮਿਹਨਤ ਕਰਕੇ ਅਨਾਜ ਦਾ ਭੰਡਾਰ ਵੀ ਭਰਿਆ। ਔਰ ਬਾਰਡਰਾਂ ਦੇ ਰਾਖੀ ਕੌਣ ਕਰਦਾ ਵਾ? ਕੋਈ ਅਮੀਰ ਆਦਮੀ ਦਾ ਮੁੰਡਾ ਹੈ ਫੌਜ ਦੇ ਵਿੱਚ? ਦੱਸੋ ਮੈਨੂੰ, ਪਿੰਡਾਂ ਦੇ ਲੋਕ ਜਾ ਕੇ ਫੌਜ ਵਿੱਚ ਭਰਤੀ ਹੋ ਕੇ ਕੋਈ ਜੰਮੂ ਕਸ਼ਮੀਰ ਪਾਕਿਸਤਾਨ ਦੇ ਬਾਰਡਰ ਤੇ ਰਾਖੀ ਕਰ ਰਿਹਾ, ਕੋਈ ਚੀਨ ਚਾਈਨਾ ਦੇ ਬਾਰਡਰ ਤੇ ਰਾਖੀ ਕਰ ਰਿਹਾ, ਕੋਈ ਪਰੇ ਆ ਅਸਾਮ ਵਾਲੇ ਪਾਸੇ ਨਾਰਥ ਈਸਟ ਦੇ ਬਾਰਡਰਾਂ ਤੇ ਰਾਖੀ ਕਰਦਾ ਪਿਆ ਵਾ। ਆਪਣੇ ਬੱਚੇ ਆ, ਥੋੜੇ ਦਿਨ ਪਹਿਲਾਂ ਇੱਕ ਬਹਿਤੇ ਪਿੰਡ ਚ ਅਭਿਨੀਤ ਦੀ ਲਾਸ਼ ਆਈ, 23-24 ਸਾਲ ਦਾ, ਉਹਦੀ ਲਾਸ਼ ਪਿੰਡ ਵਿੱਚ ਆਈ। ਉਹ ਕਿੱਥੋਂ ਦਾ ਸੀਗਾ? ਮਹਿਤੇ ਪਿੰਡ ਦਾ, ਸੰਗਰੂਰ ਦਾ, ਪੰਜਾਬ ਦਾ। ਉਹ ਯਾਰੋ, ਅਨਾਜ ਵੀ ਅਸੀਂ ਪੈਕ ਕਰੀਏ ਦੇਸ਼ ਚ ਪੈਦਾ, ਫੌਜ ਬਾਰਡਰਾਂ ਦੇ ਰਾਖੀ ਵੀ ਅਸੀਂ ਕਰੀਏ, ਪਰ ਨੀਤੀਆਂ ਜਦੋਂ ਬਣਾਉਣ ਦਾ ਟਾਈਮ ਆਉਂਦਾ ਤੁਹਾਡੇ ਵਾਸਤੇ ਕੋਈ ਨੀ ਬੋਲਿਆ। ਔਰ ਅਫਸੋਸ ਇਸ ਗੱਲ ਦਾ ਜਿਹੜੇ MP ਪਿੱਛੇ ਗਏ ਨੇ, ਇਹਨਾਂ ਨੂੰ ਇਹਨਾਂ ਦੀਆਂ ਇਹਨਾਂ ਦੇ ਸਾਰੀਆਂ ਤਕਰੀਰਾਂ ਕਢਾ ਕੇ ਦੇਖ ਲਓ, ਇਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਆ ਜਿਹੜੇ ਕਿਰਤੀਆਂ ਦੀ ਕਦੀ ਗੱਲ ਕੀਤੀ? ਗੱਲ ਨੀ ਤੋਂ ਤੁਹਾਨੂੰ ਵਿਆਹ ਪਿੱਛੇ ਕਰਕੇ ਹਟਿਆ। ਇੱਕ ਛੋਟਾ ਕਿਸਾਨ, ਕਿਸਾਨ ਦੀ ਉਮਰ, ਚਿਹਰਾ ਝੁਲਸਿਆ ਹੋਇਆ, ਸੜਕਾਂ ਦੇ ਕਹਿੰਦਾ ਜੀ 20 ਸਾਲ ਹੋ ਗਏ ਅਸੀਂ 5 ਗੁਣਾ ਲੋਨ ਦੇ ਚੁੱਕੇ ਵਾਪਸ, 5 ਗੁਣਾ, ਤੇ ਲੋਨ ਫੇਰ ਖੜਾ ਵਾ। ਇਹ ਕਿਤੇ ਦੁਨੀਆਂ ਵਿੱਚ ਨੀ ਹੈ। ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਪੀਨਲ ਇੰਟਰਸਟ, ਇਹ ਮਤਲਬ ਸਜ਼ਾ ਵਾਲਾ ਇੰਟਰਸਟ ਆ। ਇਹ ਲੱਥੂਗਾ ਨੀ ਉਹਦਾ ਕਦੀ ਵੀ, ਜ਼ਮੀਨ ਵੀ ਵੇਚੀ ਉਹਦੀ 1-2 ਕਿੱਲੇ। ਕਿਸੇ ਨੇ ਤੁਹਾਡੇ ਵਿਆਜ ਦੀ ਗੱਲ ਕੀਤੀ ਜਾ ਕੇ ਪਾਰਲੀਮੈਂਟ ਵਿੱਚ? ਤੁਹਾਨੂੰ ਪਤਾ ਕਿ ਅਮਰੀਕਾ ਦੇ ਵਿੱਚ, ਅਮਰੀਕਾ ਸਾਰੇ ਕਿਸਾਨਾਂ ਵਾਸਤੇ ਕਿੰਨੀ ਸਹੂਲਤ ਦਿੰਦਾ? ਉੱਥੇ ਵਿਆਜ ਪਤਾ ਕਿੰਨਾ ਖੇਤੀ ਦੇ ਵਾਸਤੇ? ਸਿਰਫ 2.5%। ਸਾਡੇ ਨਾਲੋਂ 8 ਪੈਸੇ ਘੱਟ ਆ, 7-8 ਪੈਸੇ। ਆਪੇ ਸਰਕਾਰਾਂ ਦੇ ਨਾਲ ਮਦਦ ਨਾ, ਉਹ ਥੋੜੇ ਖੁਸ਼ਹਾਲ ਨੇ। ਉਹਨਾਂ ਦੇ ਡੀਜ਼ਲ ਦਾ ਰੰਗ ਬਦਲ ਕੇ ਉਹਨਾਂ ਨੂੰ ਡੀਜ਼ਲ ਅੱਧੇ ਭਾਅ ਦੇ ਦਿੱਤਾ ਹੋਇਆ।
ਸਾਡੇ ਟਿਊਬਵੈੱਲਾਂ ਦੀ ਬਿਜਲੀ ਮਾਫ ਕਰਤੀ, ਉਹਦੇ ਨਾਲ ਕਈ ਜਾਂਦੇ ਬੜਾ ਕੰਮ ਕਰਤਾ, ਬੜਾ ਬੋਝ ਪਾ ਦਿੱਤਾ। ਔਰ ਜਦੋਂ ਅਮੀਰ ਆਦਮੀ ਦਿੱਲੀ ਦੇ ਟੀਵੀਆਂ ਤੇ ਬਹਿਸ ਕਰਦੇ ਨੇ, ਉਹ ਮੈਂ ਆਪ ਸੁਣੇ ਨੇ, ਉਹ ਕਹਿੰਦੇ ਜਦੋਂ ਪੰਜਾਬ ਦੀ ਗੱਲ ਆਉਂਦੀ ਜਾਂ ਦੇਸ਼ ਦੇ ਕਿਸਾਨ ਤੇ ਕਰਜ਼ਾ ਹੋ ਗਿਆ, ਉਹ ਜਿਹੜੇ ਉੱਥੇ ਏਅਰ ਕੰਡੀਸ਼ਨ ਦਫ਼ਤਰਾਂ ਚ ਬੈਠੇ ਬਹਿਸ ਕਰਦੇ ਨੇ, ਉਹ ਕਹਿੰਦੇ ਜੀ ਕਿਸਾਨਾਂ ਤੇ ਤਾਂ ਕਰਜ਼ਾ ਚੜ੍ਹਨਾ ਹੀ ਆ, ਇਹ ਤਾਂ ਆਪਣੀ ਸ਼ਾਦੀਆਂ ਦੇ ਬੱਚਿਆਂ ਦੇ ਵਿਆਹਾਂ ਦੇ ਬੜੇ ਪੈਸੇ ਖਰਚਦੇ ਨੇ, ਇਹ ਆਪਣੇ ਮੁੰਡਿਆਂ ਨੂੰ ਬੁਲਟ ਮੋਟਰਸਾਈਕਲ ਲੈ ਕੇ ਦਿੰਦੇ ਨੇ, ਇਹ ਆਪਣੇ ਟਰੈਕਟਰਾਂ ਦੇ ਉੱਤੇ ਗੀਤ ਗਾਣੇ ਲਾਉਂਦੇ ਨੇ। ਕੀ ਗੱਲ, ਕਿਸਾਨ ਦੇ ਤੇ ਖੇਤ ਮਜ਼ਦੂਰ ਦੇ ਪੁੱਤ ਨੂੰ ਆਪਣੇ ਬੱਚਿਆਂ ਨੂੰ ਚੰਗੇ ਥਾਂ ਪੜ੍ਹਾਉਣ ਦਾ ਕੋਈ ਅਧਿਕਾਰ ਨੀਗਾ, ਆਪਣੀਆਂ ਲੜਕੀਆਂ ਦੀ ਸ਼ਾਦੀ ਕਰਨ ਦਾ ਚੰਗੇ ਪੈਲਸਾਂ ਵਿੱਚ ਕੋਈ ਅਧਿਕਾਰ ਨੀਗਾ, ਆਪਣੇ ਨਿਆਣਿਆਂ ਆਪਣੇ ਨਿਆਣਿਆਂ ਨੂੰ ਜਿੱਦਾਂ ਬਾਕੀ ਨਿਆਣੇ ਸਾਰੇ ਸ਼ੌਕੀਨ ਬਣਨਾ ਚਾਹੁੰਦੇ ਨੇ, ਉਹਨਾਂ ਦਾ ਕੋਈ ਅਧਿਕਾਰ ਨੀਗਾ। ਆਹ ਸਾਨੂੰ ਟੀਚਰਾਂ ਕੀਤੀਆਂ ਜਾਂਦੀਆਂ ਨੇ। ਮੈਂ ਤਿੰਨ ਵਾਰ ਲੋਕ ਸਭਾ ਵਿਧਾਨ ਸਭਾ ਦਾ ਮੈਂਬਰ ਆ, ਮੈਂ ਵਿਰੋਧੀ ਧਿਰ ਦਾ ਆਗੂ ਰਿਹਾ, ਮੈਂ ਗਵਾਹੀ ਦੇ ਰਿਹਾ ਕਿ 117 MLA ਜਾਂਦੇ ਨੇ, 100 ਬੰਦਾ ਸੁੱਚੇ ਮੂੰਹ ਵਾਪਸ ਆਉਂਦਾ ਵਾ, ਕੋਈ ਗੱਲ ਨੀ ਕਰਦੇ, ਉੱਥੇ ਹਾਜ਼ਰੀ ਲਵਾਈ, ਪੱਤਾ ਲਿਆ, ਖਾਣਾ ਪੀਣਾ ਖਾਧਾ, ਵਾਪਸ ਆ ਗਏ, ਕੋਈ ਬਹਿਸ ਹੀ ਨੀ ਕਰਦਾ, ਕਿਸੇ ਨੇ ਜਾ ਕੇ ਚੱਜ ਨਾਲ ਗੱਲ ਹੀ ਨੀ ਕੀਤੀ। ਔਰ ਖੈਰ ਪੰਜਾਬ ਦੀ ਇਹੋ ਜਿਹਾ ਥਾਂ ਵਾ, ਇਹ ਬੋਲਣੇ ਨੀ ਦਿੰਦੇ। ਮੈਂ ਤਾਂ ਇੱਥੇ ਜਾਣੋ ਹਟ ਗਿਆ, ਕਿਉਂਕਿ ਮੈਂ ਬਹੁਤ ਜ਼ੋਰ ਲਾਇਆ, ਮੈਂ ਕਿਹਾ ਚੰਗੀ ਗੱਲ ਸੁਣ ਲਓ, ਕੋਈ ਚੰਗੀਆਂ ਗੱਲਾਂ ਕਿਹੜੀਆਂ ਮੇਰੇ ਕੋਲ ਅੱਜ, ਔਰ ਉਹ ਬਿੱਲ ਦਿੱਤਾ ਹੋਇਆ ਮੈਂ ਜਿਹੜੀ ਗੱਲ ਹੁਣ ਕਰਨ ਲੱਗਿਆ। ਅੱਜ ਪੰਜਾਬ ਦੀ 3 ਕਰੋੜ ਆਬਾਦੀ ਆ ਆਪਣੀ, 3 ਕਰੋੜ ਆਬਾਦੀ ਚੋਂ ਲੋਕੀ ਉਦਾਸ ਹੋ ਕੇ, ਨੌਜਵਾਨ, ਕਿਉਂਕਿ ਖੇਤੀ ਫੇਲ ਆ, ਨੌਕਰੀਆਂ ਵਿਚਾਰਿਆਂ ਨੂੰ ਮਿਲ ਨਹੀਂ ਸਕਦੀਆਂ, ਉਹ ਸਾਰੇ ਬਾਹਰਲੇ ਦੇਸ਼ਾਂ ਨੂੰ ਜਾਣ ਲੱਗੇ। ਸਾਡੇ ਵਾਲੇ ਪਾਸਾ ਤਾਂ ਪੰਜਾਬ ਖਾਲੀ ਹੋ ਚੁੱਕਾ ਵਾ, 3 ਕਰੋੜ ਆਬਾਦੀ ਚੋਂ 70-75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ, ਔਰ ਉਹਨਾਂ ਦੀ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਰਹੇ ਨੇ ਕੰਮ ਕਰਨ ਲਈ। ਮੈਂ ਉਹਨਾਂ ਦੇ ਖਿਲਾਫ਼ ਨਹੀਂ ਗਾ, ਉਹ ਗਰੀਬ ਬੰਦੇ ਨੇ ਆ ਸਕਦੇ ਨੇ ਕੰਮ ਕਰਨ, ਸਭ ਕੁਛ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ ਗਾ, ਪਰ ਜੇ ਪੰਜਾਬ ਇਸੇ ਸਪੀਡ ਨਾਲ ਜਾਂਦਾ ਰਿਹਾ ਬਾਹਰ, ਅਗਲੇ 15-20 ਸਾਲ ਤੋਂ ਬਾਅਦ ਆ ਤੁਹਾਨੂੰ ਹੌਲੀ ਹੌਲੀ ਭੱਗ ਘੱਟ ਦਿਸੇਗੀ, ਜ਼ੁਬਾਨ ਤੁਹਾਨੂੰ ਹੌਲੀ ਹੌਲੀ ਘੱਟ ਸੁਣੇਗੀ। ਤਾਂ ਕੀ ਕੀਤਾ, ਜਿਹੜੇ ਸੂਬਿਆਂ ਨੇ ਆਪਣੀ ਹੋਂਦ ਬਚਾਉਣੀ ਸੀ, ਜਿਵੇਂ ਕਿ ਹਿਮਾਚਲ ਪ੍ਰਦੇਸ਼, ਉਹਨਾਂ ਨੇ 1972 ਚ ਇੱਕ ਕਾਨੂੰਨ ਬਣਾਇਆ ਕਿ ਹਿਮਾਚਲ ਪ੍ਰਦੇਸ਼ ਵਿੱਚ ਕੋਈ ਵੀ ਗੈਰ ਹਿਮਾਚਲੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਜ਼ਮੀਨ ਨਹੀਂ ਲੈ ਸਕਦਾ, ਕੋਈ ਵੀ ਗੈਰ ਹਿਮਾਚਲੀ ਬਿਨਾਂ ਸ਼ਰਤਾਂ ਕੀਤੇ ਵੋਟਰ ਨਹੀਂ ਬਣ ਸਕਦਾ, ਕੋਈ ਵੀ ਗੈਰ ਹਿਮਾਚਲੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਨੌਕਰੀ ਨਹੀਂ ਮਿਲ ਸਕਦੀ ਸਰਕਾਰ ਨੂੰ। ਮੁੱਕ ਗਈ ਗੱਲ, ਮੈਂ ਇਹ ਬਿੱਲ ਦਿੱਤਾ ਹਿਮਾਚਲ ਦੀ ਤਰਜ਼ ਤੇ, ਔਰ ਕੁਲਤਾਰ ਸੰਧਵਾਂ ਨੂੰ ਸਮਝਾਇਆ ਹੋਂਦ ਆ, ਉਹ ਵੀ ਬਚ ਜੂ, ਸਰਕਾਰੀ ਨੌਕਰੀਆਂ ਵੀ ਪੰਜਾਬ ਦੇ ਬੱਚਿਆਂ ਨੂੰ ਮਿਲਣਗੀਆਂ, ਲੇਕਿਨ ਉਹ ਕਰ ਨਹੀਂ ਸਕੇ। 1.5 ਸਾਲ ਦਾ ਮੇਰਾ ਬਿੱਲ ਉੱਥੇ ਪਿਆ, ਉਹਨੂੰ ਕਹਿੰਦੇ ਨੇ ਪ੍ਰਾਈਵੇਟ ਮੈਂਬਰ ਬਿੱਲ, ਨਹੀਂ ਕਰ ਸਕੇ, ਔਰ ਉਹਦਾ ਉਹਦਾ ਨਤੀਜਾ ਕੀ ਹੋ ਰਿਹਾ ਸੁਣੋ। ਜਿੰਨੀਆਂ ਨੌਕਰੀਆਂ ਭਗਵੰਤ ਕਹਿੰਦਾ, ਭਗਵੰਤਾਂ ਦੇ ਮੈਂ ਸਰਕਾਰੀ ਨੌਕਰੀਆਂ ਦਿੱਤੀਆਂ, 40,000 ਨੌਕਰੀ ਦਿੱਤੀ, 45,000 ਨੌਕਰੀ ਦਿੱਤੀ। ਮੈਂ ਜਦੋਂ ਪਿੰਡਾਂ ਵਿੱਚ ਜਾ ਕੇ ਪੁੱਛਦਾ, ਤੁਹਾਡੇ ਪਿੰਡ ਨੂੰ ਕੋਈ ਨੌਕਰੀ ਮਿਲੀ ਆ, ਉਹ ਕਹਿੰਦੇ ਨਹੀਂ ਜੀ, ਕਿਉਂਕਿ ਨੌਕਰੀਆਂ ਦੇ ਵਿੱਚ ਸ਼ਰਤ ਹੀ ਹੈ ਨੀਗੀ ਕਿ ਬੰਦਾ ਪੰਜਾਬ ਦਾ ਡੋਮਸਾਈਲ ਹੋਣਾ ਚਾਹੀਦਾ, ਉਹ ਕਾਨੂੰਨ ਹੀ ਹੈ ਨੀਗਾ ਜਿਹੜਾ ਹਿਮਾਚਲ ਦੇ ਵਿੱਚ ਆ, ਤੇ ਨੌਕਰੀਆਂ ਸਾਡੀਆਂ ਹਿਮਾਚਲ ਵਾਲੇ ਲੈ ਜਾਂਦੇ ਨੇ, ਹਰਿਆਣੇ ਵਾਲੇ ਲੈ ਗਏ, ਰਾਜਸਥਾਨ ਵਾਲੇ ਲੈ ਗਏ, ਆਹ ਕਿੰਨੀਆਂ ਨੌਕਰੀਆਂ ਕੱਢੀਆਂ ਇਹਨਾਂ ਨੇ, ਉਹ ਸਾਰੀਆਂ ਮੇਰੇ ਕੋਲ ਤਾਂ, ਮੈਂ ਕਈ ਵਾਰੀ ਲਿਸਟਾਂ ਛਾਇਆ ਕੀਤੀਆਂ ਨੇ। ਲੈ ਇਹ ਕਾਨੂੰਨ, ਇਹ ਵਿਧਾਨ ਸਭਾ ਇਹ ਕਾਨੂੰਨ ਬਣਾਉਣ ਵਾਸਤੇ ਬਣੀ ਆ, ਜਿਹੜੇ MLA ਹੁੰਦੇ ਨੇ, ਅਸੀਂ ਵਿਧਾਨਕਾਰ ਆ, ਅਸੀਂ ਲਾਅ ਮੇਕਰ ਆ, ਅਸੀਂ ਨੀਂਹ ਪੱਥਰ ਰੱਖਣ ਵਾਸਤੇ ਨਹੀਂ ਬਣਾਏ, ਅਸੀਂ ਥਾਣੇਦਾਰ ਲਵਾਉਣ ਵਾਸਤੇ ਨਹੀਂ ਬਣਾਏ, ਅਸੀਂ ਮੁਨਸੀ ਬਦਲਾਉਣ ਵਾਸਤੇ ਨਹੀਂ ਲਵਾਏ, ਅਸਲ ਕੰਮ ਸਾਡਾ ਨੀਤੀਆਂ ਬਣਾ ਕੇ ਲੋਕਾਂ ਨੂੰ ਸਹੀ ਪੱਟੜੀ ਤੇ ਚਾੜਨਾ ਤੇ ਕੰਮ ਪੰਜਾਬ ਦਾ ਕਰਨਾ। ਦੂਸਰਾ ਨੁਕਤਾ, ਤੁਹਾਡਾ ਪਾਣੀ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ, ਆ ਜ਼ਮੀਨ ਦਾ ਥੱਲੇ,
ਕਿਉਂਕਿ ਆਪਾਂ ਝੋਨੇ ਦੀ ਫਸਲ ਛੱਡ ਨਹੀਂ ਪਾ ਰਹੇ ਕਿਉਂਕਿ ਝੋਨੇ ਦਾ ਹੱਲ ਸਾਡੇ ਕੋਲ ਹੈ ਨਹੀਂ ਦੇ ਰਹੀ ਸਰਕਾਰ ਤੇ 14 ਲੱਖ ਟਿਊਬਵੈਲ ਨਾਲ ਅਸੀਂ ਪਾਣੀ ਥੱਲੇ ਆਪਾਂ ਝੋਨੇ ਦੀ ਫਸਲ ਵਾਸਤੇ ਵਰਤ ਰਹੇ ਹਾਂ। 1 ਕਿਲੋ ਚੌਲ 3 ਤੋਂ 4 ਹਜ਼ਾਰ ਲੀਟਰ ਪਾਣੀ ਖਾਂਦਾ ਉਹ ਖਾਂਦੇ ਖਾਂਦੇ ਸਾਡਾ ਪਾਣੀ ਸੰਗਰੂਰ ਸਭ ਤੋਂ ਜ਼ਿਆਦਾ ਖਤਰੇ ਦੇ ਜ਼ੋਨ ਵਿੱਚ ਆ, ਲਾਲ ਰੈੱਡ ਜ਼ੋਨ ਚ ਆ। ਪਰ ਮੇਰਾ ਖਿਆਲ ਭਗਵੰਤ ਮਾਨ ਨੂੰ ਇਸ ਗੱਲ ਵਿੱਚ ਇਲਮ ਨਿਗਾ, ਉਹਨੇ ਕਦੀ ਮੀਟਿੰਗ ਵੀ ਨਹੀਂ ਕੀਤੀ। ਇਹਦਾ ਵੀ ਹੱਲ ਹੈਗਾ, ਇਹਦਾ ਹੱਲ ਮੇਰੇ ਕੋਲ ਆ। ਮੈਂ ਵਿਧਾਨ ਸਭਾ ਦੇ ਵਿੱਚ ਬੜੀ ਵਾਰੀ ਹੱਥ ਚੱਕਿਆ ਕਿ ਮੈਨੂੰ ਬੋਲ ਲੈਣ ਦਿਓ। ਇਹਦਾ ਹੱਲ ਇਹ ਆ ਕਿ ਜਿਹੜਾ ਆਪਣੀ ਕਣਕ ਤੇ ਝੋਨੇ ਦੀ ਖਰੀਦ ਹੁੰਦੀ ਆ ਉਹ ਕੇਂਦਰ ਸਰਕਾਰ ਕਰਦਾ। ਪੰਜਾਬ ਦੀ ਟੋਟਲ ਫਸਲ 75,000 ਕਰੋੜ ਰੁਪਏ ਦੀ CCL ਲਿਮਿਟ ਬਣਦੀ ਆ, ਕੈਸ਼ ਕ੍ਰੈਡਿਟ ਲਿਮਿਟ, ਅਨਾਜ ਲਿਜਾਣ ਵਾਸਤੇ ਇੱਥੋਂ। ਉਹ ਵਰਤਦੇ ਨੇ ਬਾਹਰ ਸੂਬਿਆਂ ਚ ਦੇਣ ਵਾਸਤੇ। 75,000 ਕਰੋੜ ਚੋਂ 40,000 ਕਰੋੜ ਰੁਪਇਆ ਝੋਨੇ ਦੀ ਫਸਲ ਚੱਕਦੀ ਜਿਹੜੀ ਸਰਕਾਰ। ਮੇਰੇ ਕੋਲ ਇਹ ਹੈਗਾ ਕਿ ਕੇਂਦਰ ਨੂੰ ਤੁਸੀਂ ਜਾ ਕੇ ਕਹੋ, ਮੁੱਖ ਮੰਤਰੀ ਸਾਹਿਬ ਐਗਰੀਕਲਚਰ ਮਿਨਿਸਟਰ ਨੂੰ ਮਿਲੋ, ਉਹਨੂੰ ਕਹੋ ਅਸੀਂ ਤੁਹਾਡੇ ਕੋਲ ਪੈਸਾ ਨਹੀਂ ਮੰਗਦੇ ਫਾਲਤੂ। ਇਸੇ 40,000 ਕਰੋੜ ਵਿੱਚ ਸਾਨੂੰ ਸੋਨੇ ਦੀਆਂ 5-6 ਫਸਲਾਂ ਤੇ MSP ਦੇ ਦਿਓ। ਜੱਟਾਂ ਨੇ ਉਦਣ ਝੋਨਾ ਛੱਡਣਾ ਜਿੱਦਣ ਉਹਨਾਂ ਨੂੰ 4-7 ਝੋਨੇ ਦੇ ਮੁਕਾਬਲੇ ਦੀ ਆਮਦਨ ਕਿਸੇ ਹੋਰ ਫਸਲ ਤੋਂ ਆਵੇਗੀ, ਨਹੀਂ ਤਾਂ ਉਹਨਾਂ ਨੇ ਝੋਨਾ ਨਹੀਂ ਛੱਡਣਾ। ਔਰ ਸਰਕਾਰ ਉਸੇ ਪੈਸੇ ਚੋਂ 20,000 ਕਰੋੜ ਰੁਪਈਏ ਦੀ ਸੋਨੇ ਦੀ ਦੇ ਦੇ। ਪਹਿਲੇ ਸਾਲ 50 ਪੈਸੇ ਝੋਨਾ ਘਟਾਇਆ ਜਾ ਸਕਦਾ, ਅਗਲੇ ਸਾਲ 25, ਉਹ ਅਗਲੇ ਸਾਲ ਖਤਮ ਕਰ ਸਕਦੇ ਹਾਂ। ਤੇ ਪੰਜਾਬ ਦਾ ਜ਼ਮੀਨੀ ਪਾਣੀ ਹੌਲੀ 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 ਬਾਰਿਸ਼ਾਂ ਪੈਣਗੀਆਂ, ਸਾਡੇ ਦਰਿਆਵਾਂ 'ਚ ਪਾਣੀ ਆਊਗਾ, ਥੱਲਿਓ ਰੀਚਾਰਜ ਹੋ ਕੇ ਪਾਣੀ ਦੀ ਸਤਾ ਜਿਹੜੀ ਆ ਉਹ ਹੌਲੀ ਹੌਲੀ ਉੱਤੇ ਆਜ। ਪਰ ਕਿਸੇ ਨੇ ਸੁਣਿਆ ਹੀ ਨਹੀਂ ਗਾ, ਕਿਉਂਕਿ ਇੱਥੇ ਤਾਂ ਅਖਾੜਾ ਲੱਗਾ ਹੋਇਆ ਕੁੱਟਣ ਮਾਰਨ ਦਾ, ਚੱਕ ਕੇ ਖਹਿਰੇ ਨੂੰ ਅੰਦਰ ਦੇ ਦਿਓ, ਆ ਝੋਟਾ ਬੋਲਿਆ ਨਸ਼ੇ ਦੇ ਖਿਲਾਫ ਝੋਟੇ ਨੂੰ ਅੰਦਰ ਦੇ ਦਿਓ, ਆ ਭਾਨਾ ਬੋਲਿਆ ਏਜੰਟਾਂ ਦੇ ਖਿਲਾਫ ਭਾਨੇ ਨੂੰ ਚੱਕ ਕੇ ਅੰਦਰ ਦੇ ਦਿਓ। ਇਹਨਾਂ ਗੱਲਾਂ ਦੇ ਉੱਤੇ ਸਾਰੀ ਊਰਜਾ ਭਗਵੰਤ ਮਾਨ ਨੇ ਪਿਛਲੇ 2 ਸਾਲਾਂ ਵਿੱਚ ਟਿੱਚਰਾਂ ਕਰਨ ਤੇ, ਚੁਟਕਲੇ ਸੁਣਾਉਣ ਤੇ, ਆ ਖਹਿਰਾ ਮੇਰੇ ਖਿਲਾਫ, ਮੈਂ ਉੱਥੇ ਵਿਧਾਨ ਸਭਾ ਸਪੀਕਰ ਵੱਲ ਨੂੰ ਗੱਲ ਕਰ ਰਿਹਾ ਵਾਂ, ਮੈਨੂੰ ਲੱਭ ਲੱਭ ਕੇ ਉਂਗਲਾ ਕਰਕੇ ਇਹ ਯਾਰ ਮੇਰਾ ਤਿਤਲੀਆਂ ਵਰਗਾ, ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ। ਇਹ ਚੀਫ ਮਿਨਿਸਟਰ ਦਾ ਕੰਮ ਹੈ ਯਾਰ, ਚੀਫ ਮਿਨਿਸਟਰ ਦਾ ਕੰਮ ਹੈ ਕਾਨੂੰਨ ਬਣਾਉਣਾ, ਤੁਹਾਡੀ ਤਕਦੀਰ ਬਦਲਣਾ। ਮੇਰੇ ਕੋਲ ਹਰ ਗੱਲ ਦਾ ਜਵਾਬ ਇਹਨਾਂ ਦਾ। ਇਹ ਜਿਹੜੇ ਦੂਜਿਆਂ ਨੂੰ ਕਹਿੰਦੇ ਨੇ ਅਕਾਲੀ ਬੜੇ ਮਾੜੇ, ਕਾਂਗਰਸੀ ਬੜੇ ਮਾੜੇ, ਲੋ ਸੁਣੋ, 3 ਉਮੀਦਵਾਰ ਤਾਂ ਇਹਨਾਂ ਦੇ ਗੈਰ ਦੂਜੀਆਂ ਪਾਰਟੀਆਂ ਦੇ ਨੇ। ਜਲੰਧਰ ਦਾ ਲੋਕ ਸਭਾ ਦਾ ਉਮੀਦਵਾਰ ਕੌਣ ਹੈ ਭਗਵੰਤ ਮਾਨ ਦੱਸੇ ਜ਼ਰਾ, ਪਵਨ ਟੀਨੂ ਐਕਸ MLA ਅਕਾਲੀ ਦਲ ਦਾ। ਹੁਸ਼ਿਆਰਪੁਰ ਦਾ ਕੌਣ ਹੈ ਆਮ ਆਦਮੀ ਦਾ, ਰਾਜਕੁਮਾਰ ਚੱਬੇਵਾਲ ਸਿਟਿੰਗ MLA ਕਾਂਗਰਸ ਦਾ। ਫਤਿਹਗੜ੍ਹ ਸਾਹਿਬ ਦਾ ਕੌਣ ਹੈ, GP ਸਿੰਘ ਐਕਸ MLA ਬੱਸੀ ਪਠਾਣਾ ਕਾਂਗਰਸ ਦਾ, ਉਹ ਫਤਿਹਗੜ੍ਹ ਸਾਹਿਬ ਦਾ ਉਮੀਦਵਾਰ ਹੈ। ਉਹ ਤਿਤਲੀਆਂ ਤਾਂ ਤੁਹਾਡੇ ਕੋਲ ਆ ਸਾਰੀਆਂ। ਔਰ ਗੋਲਡੀ ਧੂਰੀ ਵਾਲਾ ਕੱਲ ਤੱਕ ਬੜਾ ਮਾੜਾ ਸੀ, ਇਹ ਟਾਈਨਾ ਖਾ ਗਿਆ ਜੀ, ਇਹ ਜਿੰਮਾਂ ਦੇ ਪੈਸੇ ਖਾ ਗਿਆ, ਜਿੱਦਣ ਆਪਣੇ ਵਿੱਚ ਸ਼ਾਮਿਲ ਕਰ ਲਿਆ ਹੁਣ ਗੋਲਡੀ ਜੀ ਦੁੱਧ ਧੋਤੇ ਹੋ ਗਏ ਨੇ। ਇਸ ਕਰਕੇ ਇਹ ਕਿਸੇ ਸਟੈਂਡ ਤੇ ਨਹੀਂ ਰਹੇ, ਇਹ ਹਜ਼ਾਰ ਗਰਮੈਂਟ ਚੱਕੀ ਫਿਰਦੇ। ਜਿਹੜੇ ਕਹਿੰਦੇ ਅਸੀਂ ਪੈਂਚਰਾਂ ਵਾਲੇ ਆ, ਅਸੀਂ ਸਾਦੇ ਘਰਾਂ ਦੇ ਮੁੰਡੇ ਆ, ਕੇਜਰੀਵਾਲ 50 ਕਰੋੜ ਦੀ ਕੋਠੀ ਚ ਰਹਿ ਰਿਹਾ ਵਾ, ਉਹਦਾ ਨਾਂ ਸ਼ੀਸ਼ ਮਹਿਲ ਹੈ, ਉਹਦੀ CBI ਦੀ ਜਾਂਚ ਲੱਗੀ ਹੋਈ ਆ, ਦੂਜਾ ਪਰਚਾ ਉਹ ਤਿਆਰ ਆ। ਤੇ ਹਲੇ ਵੀ ਕਹੀ ਜਾਂਦੇ ਅਸੀਂ ਤਾਂ ਬਿਲਕੁਲ ਆਮ ਚ ਘਰਾਂ ਦੇ ਬੰਦੇ, ਇਹ ਕੋਈ ਆਮ ਨਹੀਂਗੇ, ਆਮ ਸਾਰੇ ਤੁਸੀਂ ਬੈਠੇ ਪਿੰਡਾਂ ਦੇ ਵਿੱਚ, ਜਿਹੜੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨਾਲ ਦਸਾਂ ਨਹੁੰ ਦੀ ਕਿਰਤ ਕਰਦੇ ਉਹਨੂੰ ਆਮ ਆਦਮੀ ਕਹਿੰਦੇ ਨੇ। ਇਹ ਤਾਂ ਮਹਾਰਾਜ ਜਹਾਜ਼ਾਂ ਤੋਂ ਨਹੀਂ ਲੱਥਦੇ, ਇਹਨਾਂ ਦਾ ਸਾਰਾ ਪਰਿਵਾਰ ਸੋਨਿਆਂ ਨਾਲ ਲੱਦਿਆ ਹੋਇਆ। ਜਿਹੜੇ ਦੂਜਿਆਂ ਨੂੰ ਕਹਿੰਦੇ ਨੇ ਪੈਸੇ ਕਿੱਥੋਂ ਆਏ, ਆਪਣੀਆਂ ਬਾਹਾਂ ਨਹੀਂ ਦੇਖਦੇ। ਭਗਵੰਤ ਮਾਨ ਦਾ ਇਲੈਕਸ਼ਨ ਐਫੀਡੇਵਿਟ 2022 ਦਾ ਸਿਰਫ 9 ਤੋਲੇ ਸੋਨਾ ਵਾ, ਤੇ ਹੁਣ ਤਸਵੀਰਾਂ ਦੇਖ ਲਓ, ਫੋਟੋਆਂ ਇਹਨਾਂ ਦੀਆਂ। ਇਹ ਖਾਸੋ ਖਾਸ ਬੰਦੇ ਨੇ, ਇਹਨਾਂ ਨੇ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ, ਕਿਹਨੂੰ ਬਣਾਇਆ, ਕਿਸੇ ਆਮ ਆਦਮੀ ਪਾਰਟੀ ਦੇ ਚੰਗੇ ਪੜ੍ਹੇ ਲਿਖੇ ਮੁੰਡੇ ਨੂੰ ਨਹੀਂ ਬਣਾਇਆ, ਕਿਸੇ ਵਿਦਵਾਨ ਨੂੰ ਬਣਾ ਦਿੰਦੇ, ਕਿਸੇ ਵਾਈਸ ਚਾਂਸਲਰ ਨੂੰ ਬਣਾ ਦਿੰਦੇ,
ਕਿਸੇ ਇਤਿਹਾਸਕਾਰ ਨੂੰ ਬਣਾ ਦਿੰਦੇ, ਨਹੀਂ ਬਣਾਇਆ। ਕਿਹਨੂੰ ਬਣਾਇਆ? ਲਵਲੀ ਯੂਨੀਵਰਸਿਟੀ ਆ ਸਾਡੇ ਜਲੰਧਰ, 650 ਕਿੱਲੇ ਚ। ਕੌਣ ਹੈ ਉਹਦਾ? ਉਹਦਾ ਉਹਦਾ ਨਾਮ ਹੈਗਾ ਕਿਹੜਾ ਮਿੱਤਲ ਸੀਗਾ, ਅਸ਼ੋਕ ਮਿੱਤਲ। ਉਹਦਾ ਮਾਲਕ ਹੈ ਅਸ਼ੋਕ ਮਿੱਤਲ, 25,000 ਕਰੋੜ ਦਾ ਸਰਮਾਏਦਾਰ, ਆਮ ਆਦਮੀ ਪਾਰਟੀ ਦਾ MP। ਬੋਲਿਆ ਕਦੀ ਪੰਜਾਬ ਦੇ ਹੱਕ ਵਿੱਚ? ਦੂਸਰਾ ਬਣਾਇਆ ਸੰਜੀਵ ਅਰੋੜਾ, ਲੁਧਿਆਣੇ ਦਾ ਕਾਰੋਬਾਰੀ ਬਿਲਡਰ, ਬੋਲਿਆ ਕਦੀ ਸੰਜੀਵ ਅਰੋੜਾ? ਦੋ ਬਣਾਏ ਗੈਰ ਪੰਜਾਬੀ, ਰਾਘਵ ਚੱਡਾ ਤੇ ਸੰਦੀਪ ਪਾਠਕ। ਰਾਘਵ ਚੱਡਾ ਕਦੀ ਪੰਜਾਬ ਦੇ ਹਿੱਤ ਵਿੱਚ ਬੋਲਿਆ ਹੁਣ ਕਦੀ? ਕਿੰਨਾ ਕੁਛ ਪੰਜਾਬ ਨਾਲ ਹੋਇਆ, ਮੂਸੇਵਾਲੇ ਦਾ ਪੁੱਤ ਮਾਰ ਦਿੱਤਾ, ਕਿਸਾਨਾਂ ਨੂੰ ਕੁੱਟਿਆ ਗਿਆ, ਸ਼ੁਭਕਰਨ ਦੀ ਗੋਲੀ ਮਾਰਤੀ, ਆਹ ਨਵਾਂ ਗਾਉਂ ਦਾ ਮੁੰਡਾ ਪ੍ਰੀਤਪਾਲ ਬੋਰੀ ਚ ਚੱਕ ਕੇ ਲੱਤਾਂ ਬਾਹਾਂ ਮੂੰਹ ਤੋੜਤਾ ਉਹਦਾ, ਆਹ 25 ਬੰਦੇ ਇੱਥੇ ਲੱਗ ਗਏ ਗੁਜਰਾ ਪਿੰਡ ਵਿੱਚ, ਜਾਲੀ ਸ਼ਰਾਬ ਪੀ ਕੇ ਮਾਰ ਗਏ। ਕੌਣ ਬੋਲਿਆ ਮੇਰੇ ਵੀਰੋ, ਦੱਸੋ ਜਰਾ? ਮੀਥੇਲ ਕਦੀ ਬੋਲਿਆ ਵਾ? 8 MP ਕਦੀ ਬੋਲੇ ਨੇ? 92 MLA ਕਦੀ ਬੋਲੇ ਨੇ? ਨਹੀਂ ਬੋਲੇ। ਇਸ ਕਰਕੇ ਜਿਹੜੇ ਬੰਦੇ ਬੋਲਦੇ ਹੀ ਨਹੀਂ ਗਏ, ਜਿਹੜੇ ਗੁੰਗੇ ਨੇ, ਜਿਹੜੇ ਡਰਪੋਕ ਨੇ, ਜਿਹਨਾਂ ਦੀ ਲੱਤਾਂ ਵਿੱਚ ਜਾਨ ਨਹੀਂ ਗਈ, ਆਪਾਂ ਉਹਨਾਂ ਨੂੰ ਵੋਟ ਪਾਉਣ ਚੱਲੇ? ਭੈਣੋ, ਦੇਸ਼ ਭਗਵੰਤ ਮਾਨ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਨੌਜਵਾਨਾਂ ਨਾਲ ਜਿਹੜਾ ਧਰੋਹ ਕਮਾਇਆ ਨਾ, ਉਹ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਤੇ 10 ਸਾਥੀਆਂ ਨੂੰ, ਜਿਹੜੇ ਇੱਥੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਦੇ ਸੀ, ਜਿਹੜੇ ਇੱਥੇ ਅੰਮ੍ਰਿਤ ਦਾ ਪ੍ਰਚਾਰ ਕਰਦੇ ਸੀ। ਬੀਜੇਪੀ ਨੂੰ ਤਕਲੀਫ ਆ ਕਿ ਕੌਣ ਹੈ ਇਹ ਜਿਹੜਾ ਇੱਦਾਂ ਦਾ ਬਾੜਾ ਪਾ ਕੇ ਇੱਥੇ ਪ੍ਰਚਾਰ ਕਰਦਾ। ਉਹਨਾਂ ਨੇ ਭਗਵੰਤ ਮਾਨ ਨੂੰ ਕਿਹਾ ਲਾ ਇੱਥੇ NSA। ਇਸ ਬੰਦੇ ਨੇ NSA ਲਾ ਕੇ ਉਹਨਾਂ ਤੇ ਡਿਬਰੂਗੜ੍ਹ ਦੀਆਂ ਆਸਾਮ ਦੀਆਂ ਜੇਲ੍ਹਾਂ 'ਚ ਭੇਜਤਾ, 1 ਸਾਲ ਪੂਰਾ ਕਰਕੇ 1 ਸਾਲ ਮਿਆਦ ਫਿਰ ਵਧਾਤੀ ਉਹਨਾਂ ਨੇ। ਉਹ ਬਈ ਤੂੰ ਪੰਜਾਬ ਦਾ ਮੁੱਖ ਮੰਤਰੀ ਆ, ਤੂੰ ਪੱਗ ਬੰਨੀ ਹੋਈ ਸਿਰ ਤੇ, ਤੈਨੂੰ ਸ਼ਰਮ ਨਹੀਂ ਆਈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ 2,000 ਕਿਲੋਮੀਟਰ ਦੂਰ ਭੇਜ ਦਿੱਤਾ ਵਾ, ਰੱਖ ਲੈਂਦਾ ਅੰਮ੍ਰਿਤਸਰ ਦੀ ਜੇਲ੍ਹ ਵਿੱਚ, ਕਰ ਦਿੰਦਾ ਇੱਥੇ ਪਰਚੇ, ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ, ਪਰ ਕਿਸੇ ਦੇ ਬੱਚਿਆਂ ਨੂੰ 1,000 ਕਿਲੋਮੀਟਰ ਦੂਰ ਭੇਜਣਾ, ਇਹ ਸਭ ਤੋਂ ਵੱਡਾ ਅਨਿਆਏ। ਹੁਣ ਦੱਸੋ ਮੈਨੂੰ, ਮੀਥੇ ਕਦੀ ਬੋਲਿਆ NSA ਦੇ ਖਿਲਾਫ਼? ਕਦੀ ਕੋਈ MP ਬੋਲਿਆ? 92 MLA ਕਦੀ ਬੋਲੇ NSA ਦੇ ਖਿਲਾਫ਼? ਇਸ ਕਰਕੇ ਤੁਹਾਨੂੰ ਸਭ ਨੂੰ ਮੈਂ ਕਹਿਣ ਆਇਆ ਹਾਂ ਕਿ ਇਹ ਸਾਰਾ ਜਿਹੜਾ ਸਿਸਟਮ ਹੈ, ਮੇਰੇ ਖਿਆਲ ਨਰੇਗਾ ਵਾਲਿਆਂ ਦਾ ਟਾਈਮ ਹੋਇਆ ਲੱਗਦਾ, ਇਹ ਸਾਰਾ ਜਿਹੜਾ ਸਿਸਟਮ ਹੈ, ਇਹ ਬੇਟੇ ਇਹ ਸਾਰਾ ਜਿਹੜਾ, ਇੱਧਰ ਧਿਆਨ ਕਰੋ ਕੋਈ, ਇਹ ਸਾਰਾ ਜਿਹੜਾ ਸਿਸਟਮ ਹੈ ਨਾ, ਇਹ ਦਿੱਲੀਓਂ ਚੱਲਦਾ ਵਾ, ਜਿਹੜਾ ਕਿਸਾਨਾਂ ਦੀ ਕੁੱਟ ਹੋਈ ਤੇ NSA ਦਾ ਇਹ ਜੁਆਇੰਟ ਆਪਰੇਸ਼ਨ ਹੈ ਉਹਨਾਂ ਦਾ, ਇਕੱਠੇ ਮਿਲ ਕੇ ਕੀਤਾ। ਮੈਂ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਕਰਦਾ। ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਜਾਣਾ ਵਾ, ਅਸੀਂ ਸਾਡੀ ਪਾਰਟੀ ਵਾਹਿਗੁਰੂ ਕਰੇ ਇੰਡੀਆ ਅਲਾਇੰਸ ਦੀ ਸਰਕਾਰ ਬਣੇ, ਅਸੀਂ MSP ਨੂੰ ਕਾਨੂੰਨ ਬਣਾਵਾਂਗੇ, ਇੱਕ ਕਮਿਸ਼ਨ ਸਥਾਪਿਤ ਕਰਾਂਗੇ ਜਿਹੜਾ ਕਰਜ਼ਾ ਸਟੱਡੀ ਕਰੇ ਕਿ ਕਿੰਨਾ ਕਰਜ਼ਾ ਮਾਫ਼ ਕੀਤਾ ਜਾ ਸਕਦਾ। ਇਹਨਾਂ ਗਰੀਬ ਔਰਤਾਂ ਦੀ ਨਰੇਗਾ ਦੀ ਦਿਹਾੜੀ 300 ਤੋਂ 400 ਕੀਤੀ ਜਾਵੇਗੀ। ਹੋਰ ਵੀ ਸਾਡੀ ਪਾਰਟੀ ਨੇ ਕੁਛ ਗਰੰਟੀਆਂ ਦਿੱਤੀਆਂ ਨੇ, ਪਰ ਮੈਂ ਤੁਹਾਨੂੰ ਗਰੰਟੀਆਂ ਤੋਂ ਪਰੇ ਹੋ ਕੇ ਕਹਿੰਦਾ ਕਿ ਜੇ ਮੈਂ ਗਿਆ ਲੋਕ ਸਭਾ ਦੇ ਵਿੱਚ, ਮੈਂ ਭਾਰਤ ਤੇ ਪੰਜਾਬ ਦੇ ਪੇਂਡੂ ਤਬਕੇ ਦੀ ਗੱਲ ਕਰੂੰਗਾ, ਮੈਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਡਟ ਕੇ ਅੰਕੜੇ ਪੇਸ਼ ਕਰਕੇ ਤੁਹਾਡੇ ਕਰਜ਼ਿਆਂ ਦੇ, ਤੁਹਾਡੇ ਭਾਵਾਂ ਦੀ, ਤੁਹਾਡੀਆਂ ਦਿਹਾੜੀਆਂ ਦੀ, ਤੁਹਾਡੀ ਕਿਰਤ ਦੀ, ਇਹ ਗੱਲ ਜਿਹੜੀ ਮੈਂ ਜਾ ਕੇ ਪਾਰਲੀਮੈਂਟ ਵਿੱਚ ਕਰੂੰਗਾ। ਇੰਨਾ ਹੀ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੀਆਂ। ਮੈਂ ਦੇਖ ਰਿਹਾ ਇਸ ਇਕੱਠ ਵਿੱਚ ਹਰ ਤਰ੍ਹਾਂ ਦੇ ਲੋਕੀ ਬੈਠੇ, ਇਹਦੇ ਚ ਅਕਾਲੀ ਵੀ ਬੈਠੇ ਨੇ, ਅਕਾਲੀ ਬਹੁਤ ਅੱਛੇ ਬੰਦੇ ਨੇ, ਮੈਂ ਅਕਾਲੀ ਦਲ ਦੇ ਖਿਲਾਫ਼ ਨਹੀਂ ਕਦੀ ਬੋਲਿਆ। ਸੁਖਬੀਰ ਬਾਦਲ ਜਿਹੜੇ, ਉਹਨਾਂ ਨੇ ਕੌਮ ਦਾ ਨੁਕਸਾਨ ਕੀਤਾ, ਹੋਟਲ ਤੇ ਬੱਸਾਂ ਉਹਨਾਂ ਨੇ ਬਣਾਈਆਂ ਪਿੰਡਾਂ ਦਾ ਅਕਾਲੀ, ਅੱਜ ਵੀ ਤਿਆਰ ਬੈਠੇ ਮੋਰਚਾ ਲਾਉਣ ਵਾਸਤੇ। ਝਾੜੂ ਵਾਲੇ ਵੀ ਮੁੰਡੇ ਬਹੁਤ ਅੱਛੇ ਸੀ, ਜਿਨ੍ਹਾਂ ਨੇ ਸੋਚਿਆ ਕਿ ਵਾਕਈ ਇਨਕਲਾਬ ਲੈ ਕੇ ਆਊ ਕੇਜਰੀਵਾਲ, ਤੇ ਬੇਈਮਾਨੀ ਤਾਂ ਉਤਲੇ ਲੀਡਰਾਂ ਦੀ ਆ। ਮੈਂ ਕਾਮਨਿਸਟਾਂ ਤੋਂ ਵੀ ਵੋਟ ਮੰਗਣ ਆਇਆ, ਮੈਂ ਕਿਸਾਨੀ ਝੰਡਿਆਂ ਵਾਲਿਆਂ ਤੋਂ ਵੀ ਵੋਟ ਮੰਗਣ ਆਇਆ, ਮੈਂ ਤੇਜਾ ਸਿੰਘ ਸੁਤੰਤਰ ਔਰ ਜਿਹੜੇ ਸੇਵਾ ਸਿੰਘ ਠਿਕਰੀਵਾਲ ਵਰਗੇ ਜਿਹੜੇ ਬਾਗੀ ਲੋਕ ਸੀਗੇ,
ਜਿਨ੍ਹਾਂ ਨੇ ਰਜਵਾੜਾ ਸ਼ਾਹੀ ਦੇ ਖਿਲਾਫ਼ ਝੰਡਾ ਬੁਲੰਦ ਕੀਤਾ, ਮੈਂ ਉਹਨਾਂ ਦਾ ਵੀ ਸਭ ਦਾ ਉਹਨਾਂ ਦੇ ਅੱਗੇ ਸਿਰ ਚੁਕਾਉਣਾ ਅਤੇ ਤੁਹਾਡੇ ਸਾਰਿਆਂ ਤੋਂ ਵੋਟ ਮੰਗਦਾ। ਅੱਗੇ ਗੱਲ ਸਿਮਰਨ ਸਾਹਿਬ ਨੇ ਕਿਹਾ ਤੇ ਗੁੱਡੀ ਬਾਰੇ ਵੀ ਇਕੱਠ ਬਹੁਤ ਹੋਇਆ ਸੀਗਾ, ਤੇ ਵੋਟਾਂ ਨਹੀਂ ਸਮਾਏ। ਜੇ ਤੁਹਾਨੂੰ ਮੇਰੇ ਚ ਕੋਈ ਕਮੀ ਲੱਗਦੀ ਹੈ ਤਾਂ ਨਾ ਵੋਟ ਪਾਇਓ। ਜੇ ਲੱਗਦਾ ਕਿ ਖਹਿਰਾ ਖਹਿਰੇ ਨਾਲੋਂ ਕੋਈ ਚੰਗਾ ਹੋਰ ਬੁਲਾਰਾ ਹੈ, ਮੈਨੂੰ ਕੋਈ ਇਤਰਾਜ਼ ਨਹੀਂ। ਜਿੰਨੇ ਇੱਥੇ ਖੜੇ ਨੇ ਸਾਰਿਆਂ ਨੂੰ ਅਧਿਕਾਰ ਹੈ, ਸਾਰਿਆਂ ਨੇ ਤੁਹਾਡੇ ਕੋਲ ਆਣ ਕੇ ਗੱਲ ਕਰਨੀ ਹੈ, ਪਰ ਇੱਕ ਗੱਲ ਅੱਛੀ ਤਰ੍ਹਾਂ ਜੱਜ ਕੇ ਦੇਖਿਓ ਕਿ ਮੀਥੇਅਰ ਦਾ ਕਿਰਦਾਰ ਕੀ ਹੈ ਤੇ ਖਹਿਰੇ ਨੇ ਕੀ ਕੁਛ ਚੱਲਿਆ, ਕਿੰਨੀਆਂ ਜੇਲ੍ਹਾਂ ਕੱਟੀਆਂ, ਕਿੰਨੇ ਪਰਚੇ ਚੱਲੇ। ਪਰ ਖੜਾ ਇੱਥੇ ਹੀ ਹਾਂ ਮੈਂ ਤੁਹਾਡੇ ਸਾਹਮਣੇ, ਏਦਾਂ ਹੀ ਪੰਜਾਬ ਦੇ ਵਾਸਤੇ। ਮੈਂ ਸਿਮਰਨਜੀਤ ਮਾਨ ਦੀ ਇੱਜ਼ਤ ਕਰਦਾ, ਸਾਡੇ ਬਜ਼ੁਰਗ ਨੇ, ਪਰ ਉਹਨਾਂ ਲਈ ਹੁਣ ਕਾਫੀ ਏਜ ਹੋ ਗਈ ਆ, ਉਹ ਵੀ ਥੋੜਾ ਬਹੁਤਾ ਹੁਣ ਗਾਂ ਨਵੀਂ ਪੀੜ੍ਹੀ ਵਾਸਤੇ। ਔਰ ਕੁਛ ਲੋਕ ਮੈਨੂੰ ਕਹਿੰਦੇ ਜੀ ਤੁਸੀਂ ਸਿੱਖ ਰਾਜਨੀਤੀ ਦਾ ਨੁਕਸਾਨ ਕਰ ਰਹੇ ਹੋ। ਮੈਂ ਕਿਹਾ ਮਾਨ ਸਾਹਿਬ ਨੂੰ 40-45-50 ਸਾਲ ਹੋ ਗਏ ਨੇ, ਉਹਨਾਂ ਨੇ ਸੰਗਰੂਰ ਤੋਂ ਬਾਅਦ ਤਾਂ ਕੋਈ ਸਿਮਰਨਜੀਤ ਮਾਨ ਹੋਰ ਕੋਈ ਪੈਦਾ ਨਹੀਂ ਕੀਤਾ। ਅੱਜ 13 ਮਾਨ ਚਾਹੀਦੇ ਸੀ ਜੇ ਪੰਜਾਬ ਦੇ ਵਿੱਚ ਸਿਮਰਨਜੀਤ ਮਾਨ ਸਿੱਖ ਰਾਜਨੀਤੀ ਨੂੰ ਸਥਾਪਿਤ ਕਰ ਸਕਦੇ। ਔਰ ਜਿਹੜੇ ਮੁੱਦੇ ਉਹ ਚੱਕਦੇ ਨੇ ਉਹ ਸਾਰੇ ਮੁੱਦੇ ਮੈਂ ਚੱਕਦਾ, ਬੰਦੀ ਸਿੰਘਾਂ ਦਾ ਮੁੱਦਾ ਮੈਂ ਚੱਕੂੰਗਾ। ਆ ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਝੂਠਾ ਮੁਕਾਬਲਾ ਮਰਾ ਕੇ ਪੁਲਿਸ ਨੇ ਮਾਰਤਾ, ਅਕਾਲੀਆਂ ਨੇ ਤਾਂ ਚੱਕਿਆ ਨੀਗਾ, ਮੈਂ ਚੱਕਿਆ ਮੇਰੇ ਵੀਰੋ। ਇਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਕਿ ਨਵੀਂ ਪੀੜ੍ਹੀ ਦਾ ਨਵੀਂ ਆਵਾਜ਼ ਨੂੰ ਪਾਰਲੀਮੈਂਟ ਵਿੱਚ ਮੌਕਾ ਦਿਓ, ਉਹ ਸਾਡੇ ਸਤਿਕਾਰਯੋਗ ਨੇ। ਵੈਸੇ ਇੱਕ ਗੱਲ ਦਾ ਥੋੜਾ ਡਾਊਟ ਪਾਇਆ ਕਿਸੇ ਨੇ, ਉਹ ਆਪ ਹੀ ਦੱਸਣਗੇ। ਪਤਾ ਲੱਗਿਆ ਕਿ ਜਿਹੜੀ ਰਾਸ਼ਟਰਪਤੀ ਦੀ ਵੋਟ ਸੀ MPਆਂ ਨੇ ਪਾਉਣੀ, ਉਹ ਵੋਟ ਉਹਨਾਂ ਨੇ ਬੀਜੇਪੀ ਨੂੰ ਪਾਈ ਆ। ਅਗਰ ਉਹਨਾਂ ਨੇ ਬੀਜੇਪੀ ਨੂੰ ਵੋਟ ਪਾਈ ਆ ਤਾਂ ਬੀਜੇਪੀ ਘੱਟ ਗਿਣਤੀਆਂ ਦੀ, ਸਿੱਖਾਂ ਤੇ ਮੁਸਲਮਾਨਾਂ ਦੀ, ਈਸਾਈਆਂ ਤੇ ਦਲਿਤਾਂ ਦੀ ਬਹੁਤ ਵੱਡੀ ਦੁਸ਼ਮਣ ਜਮਾਤ ਹੈ। ਇਹ ਫਿਰ ਉਹਨਾਂ ਨੇ ਚੰਗਾ ਕੰਮ ਨਹੀਂ ਕੀਤਾ, ਇਹ ਦੱਸ ਤਾਂ ਹੀ ਸਕਦੇ ਪਾਈ ਕਿ ਨਹੀਂ ਪਾਈ। ਔਰ ਉਹ ਪੰਜਾਬ ਦੀ ਵੀ ਦੋਖੀ ਜਮਾਤ ਹੈ। ਔਰ ਜਿਹੜੀ ਵੀ ਵੋਟ ਸੁਖਬੀਰ ਵਾਲੇ ਅਕਾਲੀ ਦਲ ਨੂੰ ਜਾਊਗੀ, ਉਹ ਸਮਝ ਲਓ ਅਸਿੱਧੇ ਤੌਰ ਤੇ ਬੀਜੇਪੀ ਨੂੰ ਜਾ ਰਹੀ ਹੈ। ਇਹਦਾ ਚੰਗਾ ਸਿੱਧੀ ਬੀਜੇਪੀ ਨੂੰ ਵੋਟ ਪਾ ਦੇਣੀ ਆ, ਅਕਾਲੀ ਦਲ ਨੂੰ ਵੋਟ ਪਾ ਕੇ ਜ਼ਾਇਆ ਵੀ ਹੁੰਦੀ ਆ। ਅਲਟੀਮੇਟਲੀ ਝੋਲੀ ਬੀਜੇਪੀ ਕੋਈ MP ਜੱਜਾਂ ਦਾ ਸੁਪਰੀਮ ਕੋਰਟ ਦਾ ਸਾਰਿਆਂ ਦੇ ਕੰਮ ਕਰੂੰਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ